बटाला के नजदीकी गांव ढिलवा के पूर्व अकाली सरपंच दलवीर सिंह कत्ल मामले में नामजद मुख्य आरोपी बलविंदर सिंह ने बटाला पुलिस के सामने आत्मसमर्पण कर दिया है। बता दें कि बीती 18 नवंबर को दलवीर सिंह का गांव में ही गांव के कुछ लोगों ने गोलियां दाग कर कत्ल कर दिया था, जिसको लेकर बटाला पुलिस के द्वारा 3 नामजद लोगों समेत कुल 8 लोगों पर कत्ल का केस दर्ज किया गया था, जिसमें से पुलिस ने 2 लोग अमृतपाल सिंह और लखविंदर सिंह को पहले से ही गिरफ्तार कर लिया था। और अब पुलिस के दबाव के चलते मुख्य आरोपी बलविंदर सिंह ने पुलिस के सामने आत्मसमर्पण कर दिया है। पुलिस द्वारा आरोपी बलविंदर सिंह को मानयोग्य अदालत में पेश कर पूछताछ के लिए 4 दिन के रिमांड पर लिया गया है। पुलिस ने बाकी के 5 आरोपियों को भी जल्द पकड़ लेने की बात कही है। ਸਾਬਕਾ ਸਰਪੰਚ ਨੂੰ ਗੋਲੀਆਂ ਮਾਰ ਕੇ ਕਤਲ ਕਰਤਾ ਸੀ, ਉਸ ਸੰਬੰਧ 'ਚ ਮੁਕੱਦਮਾ ਵੀ ਦਰਜ ਹੋਇਆ ਸੀ। ਮੁਕੱਦਮੇ ਤੋਂ ਬਾਅਦ ਅਸੀਂ 2 ਦੋਸ਼ੀ ਜਿਹੜੇ ਪਹਿਲਾਂ ਫੜ ਚੁੱਕੇ ਨੇ ਉਹਦੇ ਵਿੱਚ ਰਿਵਾਲਵਰ ਵੀ ਅਸੀਂ ਰਿਕਵਰ ਕਰ ਚੁੱਕੇ ਹਾਂ। ਉਸ ਤੋਂ ਬਾਅਦ ਸਾਡੀ ਜਿਹੜੀ ਪੁਲਿਸ ਦੇ ਕੰਮ ਹੈ, ਅਸੀਂ ਹਰੇਕ ਟਰੈਕ 'ਤੇ ਚੱਲ ਕੇ ਇਹਦੀ ਤਫਤੀਸ਼ ਕਰ ਰਹੇ ਹਾਂ ਅਤੇ ਨਾਲ ਨਾਲ ਅਸੀਂ ਵੱਖ ਵੱਖ ਪਾਰਟੀਆਂ ਬਣਾ ਕੇ ਇਹਨਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਜਿਸ ਦੇ ਦੌਰਾਨ ਸਾਡੇ ਕੋਲ ਜਿਹੜਾ ਕਿ ਬਲਵਿੰਦਰ ਸਿੰਘ ਸਨ ਆਫ ਬਚਨ ਸਿੰਘ ਮਨਦੀਪ ਅਤੇ ਮੇਜਰ ਦਾ ਫਾਦਰ ਹੈ, ਮੇਨ ਮੁਲਜ਼ਮ ਹੈ, ਮੇਨ ਅਕਿਊਜ਼ ਹੈ, ਇਹਨੂੰ ਇਹਦੇ 'ਤੇ ਵੀ ਕਾਫੀ ਇਸ ਚੀਜ਼ ਦਾ ਪ੍ਰੈਸ਼ਰ ਸੀ, ਕਿਉਂਕਿ ਪੁਲਿਸ ਹਰੇਕ ਜਗ੍ਹਾ 'ਤੇ ਜਾ ਕੇ ਰੇਡ ਕਰਦੀ, ਰਿਸ਼ਤੇਦਾਰਾਂ ਦੇ, ਯਾਰਾਂ ਦੋਸਤਾਂ ਦੇ, ਗੁਰਦੁਆਰਿਆਂ ਦੂਰ ਦੂਰ ਤੱਕ ਅਸੀਂ ਪੂਰੇ ਇੰਡੀਆ ਦੇ ਵਿੱਚ ਰੇਡ ਕੀਤੇ। ਉਸੇ ਸੰਬੰਧ ਦੇ ਵਿੱਚ ਇਹ ਕੱਲ੍ਹ ਫਿਰ ਸਾਡੇ DSP ਸਾਹਿਬ ਸਾਹਿਬ ਪ੍ਰੇਮ ਸਿੰਘ ਦੇ ਕੋਲ ਆਣ ਕੇ ਪੇਸ਼ ਹੋਏ ਨੇ, ਜਿਨ੍ਹਾਂ ਨੂੰ ਅਸੀਂ ਗ੍ਰਿਫਤਾਰ ਕੀਤਾ। ਗ੍ਰਿਫਤਾਰ ਕਰਕੇ ਉਹਨੂੰ ਅੱਜ ਅਸੀਂ ਕੋਰਟ 'ਚ ਪੇਸ਼ ਕਰਾਂਗੇ। ਪੇਸ਼ ਕਰਨ ਤੋਂ ਬਾਅਦ ਅਸੀਂ ਇਸ ਦਾ ਰਿਮਾਂਡ ਹਾਸਲ ਕਰਾਂਗੇ। ਰਿਮਾਂਡ ਹਾਸਲ ਕਰਕੇ ਫਿਰ ਅਗਲੀ ਜਿਹੜੀ ਇਹਦੀ ਪੁੱਛਗਿੱਛ ਹੈ, ਸ਼ਹੀਦ ਪੁੱਛਗਿੱਛ ਕਰਾਂਗੇ, ਇਹਦਾ ਕਾਰਨ ਕੀ ਸੀ, ਕੀ ਹੋਇਆ, ਤਾਂ ਬਾਕੀ ਮੁਲਜ਼ਮਾਂ ਬਾਰੇ ਵੀ ਇਹਨਾਂ ਤੋਂ ਪੜਤਾਲ ਕਰਾਂਗੇ। ਬਟਾਲਾ ਸੇ ਜਸਵਿੰਦਰ ਬੇਦੀ, ਜੀਵੇ ਪੰਜਾਬ ਟੀਮ।